ਘਟਨਾ ਨੇ ਫਿਰੋਜ਼ਪੁਰ ਸ਼ਹਿਰ 'ਚ ਗੈਂਗਸਟਰ ਗਗਨ ਜੱਜ ਦੇ ਘਰ ਦੀਆਂ, ਜਿੱਥੇ ਅੱਜ ਪੰਜਾਬ ਪੁਲਿਸ ਨੇ ਭਾਰੀ ਫੋਰਸ ਨਾਲ ਉਸਦੇ ਘਰ ਦੀ ਚਾਰੇ ਪਾਸਿਓਂ ਘੇਰਾਬੰਦੀ ਕਰ ਘਰ 'ਚ ਉਸਦੀ ਭਾਲ ਕੀਤੀ, ਪਰ ਪੁਲਿਸ ਦੇ ਹੱਥ ਉਸਨੂੰ ਫੜਨ 'ਚ ਸਫਲਤਾ ਨਹੀਂ ਲੱਗੀ। ਦੱਸ ਦਈਏ ਕਿ ਗਗਨ ਜੱਜ 'ਤੇ ਕਈ ਗੰਭੀਰ ਮਾਮਲੇ ਦਰਜ ਨੇ ਅਤੇ ਪੁਲਿਸ ਦੇ ਰਿਕਾਰਡ 'ਚ ਭਗੌੜਾ ਆਰੋਪੀ ਵੀ ਹੈ। ਇਸ ਮੌਕੇ ਜ਼ਿਲ੍ਹੇ ਦੇ SSP ਸੰਦੀਪ ਗੋਇਲ ਨੇ ਕਿਹਾ ਕਿ ਗਗਨ ਜੱਜ ਜ਼ਿਆਦਾ ਸਮਾਂ ਭਗੌੜਾ ਨਹੀਂ ਰਹਿ ਸਕਦਾ, ਪੁਲਿਸ ਜਲਦ ਉਸਨੂੰ ਕਾਬੂ ਕਰ ਲਵੇਗੀ। ਇਹ ਮਿਲਿਆ ਨਹੀਂ ਹੈ, ਗਗਨ ਜੱਜ ਇੱਕ ਮੁਜਰਮ ਹੈ, ਉਹਦੇ ਵਿਰੁੱਧ ਬੜੇ ਸੰਗੀਨ ਜੁਰਮ ਉਹਦੇ ਕੇਸਾਂ ਵਿੱਚ ਉਸਦੇ ਦਰਜ ਮੁਕੱਦਮੇ ਨੇ। ਅਸੀਂ ਸਾਡੇ ਜ਼ਿਲ੍ਹੇ ਦਾ ਉਹ PO ਵੀ ਹੈਗਾ, ਥਾਣਾ ਘਾਲਖੁਰ ਦੇ ਵਿੱਚ FIR ਹੈ, ਉਹਦੇ ਵਿੱਚ ਉਹ PO ਵੀ ਹੈਗਾ। ਅਤੇ ਇਹ ਸਾਡੀ ਇੱਕ ਕਿਉਂਕਿ ਸਿੰਸ ਉਹ ਇੰਨੇ ਸੰਗੀਨ ਜੁਰਮਾਂ ਦੇ ਵਿੱਚ ਉਹਦੀ ਸ਼ਮੂਲੀਅਤ ਹੈ, ਅਤੇ ਅਸੀਂ ਇਸ ਬਾਰੇ ਕੋਈ ਕੰਪਰੋਮਾਈਜ਼ ਕਰ ਨਹੀਂ ਸਕਦੇ। ਕਾਫੀ ਸੰਗੀਨ ਜੁਰਮਾਂ ਦੇ ਵਿੱਚ ਉਹਦੀ ਸ਼ਮੂਲੀਅਤ ਹੈਗੀ ਹੈ ਇਸ ਪੰਜਾਬ ਦੇ ਵਿੱਚ। ਇੱਕ ਕੇਸ ਦੇ ਵਿੱਚ ਤਾਂ ਉਹ ਸਾਡੇ ਜ਼ਿਲ੍ਹੇ ਦੇ ਕੇਸ ਦੇ ਵਿੱਚ PO ਵੀ ਹੈ, ਅਤੇ ਉਸਦਾ ਜੋ ਸਾਨੂੰ ਹਾਲੇ ਤੱਕ ਪਤਾ ਹੈਗਾ ਕਿ ਉਹ ਗੈਂਗਸਟਰਾਂ ਨੂੰ ਸਾਰਾ ਲੋਜਿਸਟਿਕ ਸਪੋਰਟ ਦਿੰਦਾ ਹੈਗਾ, ਅਤੇ ਕਾਫੀ ਜੁਰਮਾਂ ਦੇ ਵਿੱਚ ਉਹ ਖੁਦ ਆਪ ਵੀ ਸ਼ਮੂਲੀਅਤ ਹੈਗੀ ਹੈ ਉਸਦੀ। ਉਸ ਜਿਸ ਤਰ੍ਹਾਂ ਉਹਦਾ ਕੋਈ ਰੋਲ ਹੈਗਾ, ਉਸ ਤਰ੍ਹਾਂ ਉਸ 'ਤੇ ਪਰਚੇ ਦਰਜ ਨੇ, ਜੋ ਜੋ ਉਹਦੇ ਵਿਰੁੱਧ ਸਜ਼ਾ ਪਾਉਂਦੀ ਹੋਊਗੀ ਉਹਨਾਂ ਦੇ ਤੁਸੀਂ ਪਰਚੇ ਨੂੰ ਦੇ ਦਾਂਗੇ। ਸਰ DGP ਸਾਹਿਬ ਨੇ ਤੇ ਉਦੋਂ ਕਿਹਾ ਸੀ ਸ਼ਮੂਲੀਅਤ ਹੈਗੀ ਹੈ, ਉਹਦੀ ਮਤਲਬ ਕੀ ਸਾਂਝ ਕਰਦੇ ਕਿ ਕਿਹੜੇ ਗੈਂਗਸਟਰ ਹੈਗੇ ਜਿਹੜੇ ਨਾਮੀ ਆ ਜਿਨ੍ਹਾਂ ਨਾਲ ਤੁਸੀਂ ਕਿਹਾ ਵੀ ਉਹਨਾਂ ਦੇ ਸਮੋਕੇ ਤੇ? ਹਾਂ, ਕਲੋਜ਼ ਇਨ ਕੰਟੈਕਟ ਵਿਦ ਜਿਹੜਾ ਇੱਥੇ ਤੁਹਾਡਾ ਇੱਥੇ ਇੱਕ ਗੈਂਗਸਟਰ ਹੈਗਾ ਆਈ ਥਿੰਕ ਜੈਪਲ ਭੁੱਲਰ, ਉਹਦੇ ਨਾਲ ਉਹਦਾ ਸਾਥੀ ਹੈ, ਐਕਟਿਵ ਸਾਥੀ ਹੈ। ਸਰ ਕੁਛ ਮਿਲਿਆ ਜੀ ਉਹਦੇ ਘਰੋਂ ਰੇਟ ਦੇ ਦੌਰਾਨ? ਫਿਲਹਾਲ ਫਿਲਹਾਲ ਕੁਛ ਨਹੀਂ, ਆਈ ਵਿਲ ਸ਼ੇਅਰ ਦੀ ਡਿਟੇਲਸ ਫਿਰ। ਕਿੰਨਾ ਵੱਡਾ ਚੈਲੰਜ ਹੈ ਜੀ ਪੁਲਿਸ ਵਾਸਤੇ? ਗੈਂਗਸਟਰ ਚੈਲੰਜ ਹਮੇਸ਼ਾ ਹੀ ਰਹੇਗਾ, ਜਿਹੜਾ ਵੀ ਕੋਈ ਐਲੀਮੈਂਟ ਜਿਹੜਾ ਅਮਨ ਸ਼ਾਂਤੀ ਲਈ ਚੈਲੰਜ ਹੈ ਉਹ ਸਾਡੇ ਲਈ ਚੈਲੰਜ ਹੈ ਸਰ।